ਹਵਾਵਾਂ ਪਹੁੰਚ ਰਹੀਆਂ ਨੇ, ਪਰ ਯਾਰ ਮੈਂ ਤੇਰੀ ਸ਼ਕਲ ਵੇਖਣ ਤੁਰ ਗਿਆ ਸਾਂ। ਨਹੀਂ ਨਹੀਂ ਨਹੀਂ, ਮੈਂ ਇੱਥੇ ਰਹਿਣ ਤੇ ਨਹੀਂ ਆਇਆ, ਉਹ ਤੇ ਮੈਨੂੰ ਬਸੰਤ ਖਾਨ ਨੇ ਕਿਹਾ ਸੀ ਕਿ ਮੇਰੇ ਨਾਲ ਕੋਈ ਜ਼ਰੂਰੀ ਕਰ ਲੈ। ਉਹ ਭਾਈ ਕੁਰਬਾਨ, ਮੈਂ ਤਾਂ ਤੈਨੂੰ ਤਾਂ ਇੱਥੇ ਲੈ ਕੇ ਆਇਆ, ਨਾ ਮੁਰਾਦ ਤੇਰਾ ਪੁੱਤਰ ਹੋ ਕੇ ਵੀ ਮੰਨਦਾ ਨਹੀਂ ਕਿ ਤੇਰਾ ਏ। ਸ਼ਾੜਾ ਅਖਲੋ ਰਾਣਾ ਸਾਹਿਬ, ਆ ਪਿਓ ਤੇਰਾ ਸਾਰੀ ਜ਼ਿੰਦਗੀ ਮੇਰੇ ਨਾਲ ਵਾਜਾ ਵਜਾਉਂਦਾ ਰਿਹਾ ਏ, ਤੇ ਤੈਨੂੰ ਪਤਾ ਹੀ ਨਹੀਂ ਲੱਗਾ। ਉਹ ਸੋਖਿਆ ਪਿਓ ਹੀ ਲਾ ਕੇ ਸੀਨੇ ਨਾਲ ਲਾਸ ਹੋ। ਨਹੀਂ ਬਸੰਤ ਖਾਨ, ਨਹੀਂ, ਮੈਂ ਸਾਰੀ ਹਯਾਤੀ ਤੇਰੇ ਨਾਲ ਇਸ ਲਈ ਵਾਜਾ ਵਜਾਇਆ ਕਿ ਮੇਰਾ ਪੁੱਤਰ ਬਹੁ ਬਣ ਜਾਏ, ਤੇ ਜੇ ਅੱਜ ਇਹ ਬਹੁ ਬਣ ਗਿਆ ਤੇ ਮੈਨੂੰ ਦੁਨੀਆਂ ਦੱਸਣ ਦੀ ਕੀ ਲੋੜ ਹੈ ਕਿ ਇਹਨੂੰ ਬਹੁ ਵਾਜੇ ਨੇ ਬਣਾਇਆ ਵਾਜੇ ਨੇ। ਉਹ ਨਹੀਂ, ਉਹ ਭਾਈ ਮੈਂ ਇੱਥੇ ਰਹਿਣ ਨਹੀਂ ਆਇਆ, ਪਰ ਇੱਕ ਗੱਲ ਯਾਦ ਰੱਖੀ, ਪੁੱਤਰ ਕਬੂਤਰ ਹੋ ਜਾਂਦੇ ਨੇ ਪਰ ਮਾਪੇ ਕਮਾਪੇ ਨਹੀਂ ਹੁੰਦੇ, ਨਹੀਂ ਹੁੰਦੇ, ਨਹੀਂ ਹੁੰਦੇ। ਭਾਈ ਕੁਰਬਾਨ, ਤੋਂ ਇੱਧਰ ਮੇਰੇ ਆ ਜਾ ਯਾਰ, ਆ ਜਾ। ਅੱਬਾ ਜੀ ਮੈਨੂੰ ਮਾਫ ਕਰ ਦਿਓ, ਅੱਬਾ ਜੀ ਮੇਰੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਸੀ, ਮੈਂ ਆਪਣਾ ਆਪ ਭੁੱਲ ਗਿਆ ਸਾਂ, ਹੁਣ ਤੁਸੀਂ ਇੱਥੇ ਕਦੀ ਵੀ ਨਹੀਂ ਜਾਓਗੇ ਅੱਬਾ ਜੀ, ਮੇਰੇ ਨਾਲ ਹੀ ਰਹੋਗੇ ਜੀ। ਆ ਮੇਰੇ ਪੁੱਤਰਾ, ਆ ਦੇਖੋ ਬਸੰਤੇ ਖਾਂ, ਆ ਮੇਰੇ ਪੁੱਤਰ ਨੇ ਪੁੱਤਰ ਹੋਣ ਦਾ ਹੱਕ ਅਦਾ ਕਰਤਾ ਜੀ। ਬਸੰਤੇ ਖਾਂ, ਹਾਂ ਪੁੱਤਰ, ਤੇਰਾ ਤੁਰ ਫਿਟੇ ਮੂੰਹ ਫੜਵਾ ਕੇ ਛੱਡੇ, ਕੋਈ ਗੱਲ ਨੀ, ਜੇ ਮੈਂ ਫੜਿਆ ਗਿਆ ਤੇ ਫਿਰ ਕੀ ਹੋਇਆ, ਬੁਲਾ ਆਪਣੇ ਮੈਲੇ ਮੈਲੇ ਮੇਰਾ ਸੀ, ਆਓ ਮੇਰੇ ਨਾਲ ਇੱਥੇ ਆਓ। ਆ ਜਾਓ ਟੱਪ ਖੜ ਕੇ ਬਰਾਸੀ ਜੋ ਰਾਣਾ ਸਾਹਿਬ ਵਾਪਸ ਆ ਪੈਣਗੇ।
کتنے لگی تھوڑے گھر لگی دل لگی میں ایسی آگ لگی کہ یہ ہو گیا آگ لگی کہ یہ ہو گیا ایلے نہیں سی ہونا تو ہونے تو